नमस्कार, ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼। ਬੀਤੇ ਕੱਲ ਪਟਿਆਲਾ ਵਿੱਚ ਆਰਮੀ ਦਾ ਐਨਸੀਸੀ ਸਿਖਲਾਈ ਜਹਾਜ਼ ਕ੍ਰੈਸ਼ ਹੋ ਗਿਆ ਸੀ। ਇਸ ਹਾਦਸੇ ਵਿੱਚ ਐਨਸੀਸੀ ਦੇ ਦੋ ਵਿਦਿਆਰਥੀ ਜ਼ਖਮੀ ਹੋ ਗਏ ਸਨ ਅਤੇ ਵਿੰਗ ਕਮਾਂਡਰ ਜੀਐਸ ਚੀਮਾ ਦੀ ਮੌਤ ਹੋ ਗਈ ਸੀ, ਜੋ ਗੁਰਦਾਸਪੁਰ ਦੇ ਪਿੰਡ ਆਲੋਵਾਲ ਦੇ ਰਹਿਣ ਵਾਲੇ ਹਨ। ਅੱਜ ਉਹਨਾਂ ਦੀ ਮ੍ਰਿਤਕ ਦੇਹ ਉਹਨਾਂ ਦੇ ਪਿੰਡ ਆਲੋਵਾਲ ਪਹੁੰਚੇਗੀ ਅਤੇ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਰਿਪੋਰਟਰ ਜਗਜੀਤ ਸਿੰਘ ਦੀ ਖਾਸ ਰਿਪੋਰਟ, ਦੇਖਦੇ ਰਹੋ ਇੰਡੀਆ ਕ੍ਰਾਈਮ ਨਿਊਜ਼। ਜੋ ਗਰੁੱਪ ਲੀਡਰ ਦੇ ਤੌਰ 'ਤੇ ਏਅਰਫੋਰਸ ਵਿੱਚ ਡਿਊਟੀ ਕਰ ਰਹੇ ਸੀ ਅਤੇ ਟ੍ਰੇਨਿੰਗ ਦਿੰਦਿਆਂ ਹੋਇਆਂ ਕੱਲ੍ਹ ਉਹਨਾਂ ਦਾ ਪਟਿਆਲਾ ਵਿਖੇ ਜਹਾਜ਼ ਕਰਾਸ ਹੋ ਗਿਆ। ਉਹਨਾਂ ਦੇ ਸੰਸਾਰ ਤੋਂ ਜਾਣ ਦਾ ਸਾਰੇ ਪਰਿਵਾਰ ਨੂੰ, ਸੰਗਤ ਨੂੰ, ਨਗਰ ਵਾਲਿਆਂ ਨੂੰ, ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ ਇੱਥੇ ਬਹੁਤ ਬੜਾ ਦੁੱਖ ਹੈ, ਕਿਉਂਕਿ ਨਿੱਕੇ ਨਿੱਕੇ ਬੱਚੇ ਨੇ, ਬੜੀ ਛੋਟੀ ਉਮਰ ਸੀ ਅਜੇ। ਜਿਸ ਤਰੀਕੇ ਨਾਲ ਉਹ ਤਰੱਕੀ ਕਰ ਰਹੇ ਸੀਗੇ, ਸਾਨੂੰ ਉਮੀਦ ਸੀ ਕਿਸੇ ਚੀਫ ਮਾਰਸ਼ਲ ਤੱਕ ਪਹੁੰਚਣ ਵਾਲੇ ਸੀਗੇ। ਉਹ ਜਿਸ ਤਰੀਕੇ ਨਾਲ ਤਰੱਕੀ ਕਰ ਰਹੇ ਸੀ, ਦੋ ਰੈਂਕ ਉੱਪਰ ਰਹਿ ਗਏ ਸੀਗੇ, ਲੇਕਿਨ ਰੱਬ ਨੂੰ ਵੀ ਭਾਉਂਦਾ ਨਹੀਂ ਸੀਗਾ। ਹੱਸਦਾ ਵੱਸਦਾ ਖੇਡਦਾ ਸਾਰਾ ਜਿਹੜਾ ਪਰਿਵਾਰ ਸੀ ਇੱਕਦਮ ਗਮ 'ਚ ਬਦਲ ਗਿਆ, ਰੋਣੇ ਧੋਣੇ ਪੱਲੇ ਪੈ ਗਏ। ਲੇਕਿਨ ਭਾਵੇਂ ਸਾਨੂੰ ਪਰਿਵਾਰ ਨੂੰ, ਬੱਚਿਆਂ ਨੂੰ, ਉਹਦੀ ਮਾਤਾ ਨੂੰ, ਭਰਾਵਾਂ ਨੂੰ, ਭੈਣਾਂ ਨੂੰ, ਰਿਸ਼ਤੇਦਾਰਾਂ ਨੂੰ ਇਹ ਬਹੁਤ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਪਰ ਦੂਸਰੇ ਪਾਸੇ ਸਾਨੂੰ ਗੌਰਵ ਵੀ ਹੈ, ਸਾਨੂੰ ਫਖਰ ਵੀ ਹੈ ਕਿ ਸਾਡੇ ਪਰਿਵਾਰ ਦਾ ਅਨਮੋਲ ਹੀਰਾ, ਕਹਿਣ ਦੀ ਗੱਲ ਨਹੀਂ ਗੀ, ਬਹੁਤ ਇਮਾਨਦਾਰ, ਬਹੁਤ ਸਹਿਣਸ਼ੀਲਤਾ ਵਾਲਾ, ਬਹੁਤ ਦਾਨਸ਼ਮੰਦ, ਪੜ੍ਹਿਆ ਲਿਖਿਆ, ਹਰੇਕ ਦੇ ਦੁੱਖ ਨੂੰ ਮਨਾਉਣ ਵਾਲਾ, ਹਰੇਕ ਦੇ ਕੰਮ ਆਉਣ ਵਾਲਾ, ਹਰੇਕ ਨਾਲ ਮਿਲਵਰਤਨ ਰੱਖਣ ਵਾਲਾ, ਐਡੀ ਵਧੀਆ ਰੂਹ ਸੀਗੀ। ਇਸ ਰੂਹ ਨੂੰ ਮੈਂ ਸਮਝਦਾ ਕਿ ਬੰਦੇ ਤਾਂ ਰੋ ਵੀ ਰਹੇ ਨੇ, ਗਲੀਆਂ ਦੇ ਕੱਖ ਵੀ ਰੋ ਰਹੇ ਨੇ। ਬਹੁਤ ਵੱਡਾ ਘਾਟਾ, ਲੇਕਿਨ ਸਾਨੂੰ ਇਸ ਗੱਲ ਦਾ ਫਖਰ ਹੈ, ਉਹ ਦੇਸ਼ ਦੀ ਸੇਵਾ ਕਰਦੇ ਹਾਂ, ਕੌਮ ਦੀ ਸੇਵਾ ਕਰਦੇ ਹਾਂ, ਆਪਣੇ ਆਖਰੀ ਸਵਾਸ ਦੇਸ਼ ਦੇ ਲਿਖੇ ਲਾ ਗਿਆ। ਰੱਬ ਉਹਨੂੰ ਆਪਣੇ ਚਰਨਾਂ 'ਚ ਅਨੁਵਾਦ ਬਖਸ਼ਿਸ਼ ਕਰੇ। ਅੱਗੇ ਜੋ ਰੱਬ ਦਾ ਭਾਣਾ ਹੈ, ਜੋ ਸਰਕਾਰੀ ਤੌਰ 'ਤੇ ਉਹਨਾਂ ਦੇ ਹੁੰਦੇ ਨੇ, ਸਰਕਾਰ ਨੂੰ ਪਤਾ ਹੈ, ਉਹਨਾਂ ਦੀ ਡਿਪਾਰਟਮੈਂਟ ਨੂੰ ਪਤਾ ਹੈ, ਉਹਦੇ ਮੁਤਾਬਕ ਉਹ ਸਾਰਾ ਹੀ ਕਰਨਗੇ। ਲੇਕਿਨ ਸਾਨੂੰ ਬਹੁਤ ਵੱਡਾ ਘਾਟਾ ਪਿਆ, ਇਹ ਅਰਦਾਸ ਹੀ ਕਰ ਸਕਦੇ ਕਿ ਮਾਰ ਉਹਨੂੰ ਚਰਨਾਂ 'ਚ ਅਨੁਵਾਦ ਬਖਸ਼ਿਸ਼ ਕਰੇ। ਮੇਰਾ ਵੱਡਾ ਭਣੇਵਾ ਸੀਗਾ, ਹੱਥੀਂ ਉਹਨੂੰ ਪਾਲਿਆ, ਹੱਥੀਂ ਵੱਡਾ ਕੀਤਾ, ਸਰਦਾਰ ਸਾਹਿਬ ਲਾ ਕੇ ਖਲੋਤੇ ਨੇ, ਇੰਨਾ ਛੋਟਾ ਵੀਰ ਸੀਗਾ, ਇੱਕ ਬਹੁਤ ਬੜਾ ਵਸਦਾ ਰੱਖਦਾ ਪਰਿਵਾਰ। ਮੈਂ ਬੇਨਤੀ ਕਰ ਦੇਣੀ ਚਾਹੁੰਦਾ ਕਿ ਇਹ ਪਰਿਵਾਰ ਪਾਕਿਸਤਾਨ 'ਚੋਂ ਆਇਆ ਅਤੇ ਪਿੱਛੇ ਜਿਹੇ ਇੱਕ ਪਾਕਿਸਤਾਨ ਦੇ ਇੱਕ ਵੀਰ ਪਾਕਿਸਤਾਨ ਨੇ ਇੱਕ ਵੀਡੀਓ ਪਾਈ ਸੀ, ਉਹਦੇ ਵਿੱਚ ਉਹਨੂੰ ਦੱਸਿਆ ਕਿ ਸਾਡੇ ਪੁਰਾਣੇ ਪਰਿਵਾਰ ਜੈਲਦਾਰ ਪਰਿਵਾਰ ਸੀ, ਉਹਨਾਂ ਤਿੰਨਾਂ 'ਚੋਂ ਬਜ਼ੁਰਗਾਂ ਦੇ ਨਾਂ ਲਏ ਅਤੇ ਉਹਨਾਂ ਕਿਹਾ ਇਹ ਪਰਿਵਾਰ ਜਿਹਨੇ ਪੁਰਾਣੇ ਤੋਂ ਭੱਠੇ ਹੁੰਦੇ ਸੀਗੇ ਅਤੇ ਸਾਡੇ ਇਲਾਕੇ ਦਾ ਵਸਦਾ ਦਾ ਪਰਿਵਾਰ ਸੀ, ਬਹੁਤ ਵਧੀਆ ਚੰਗਾ ਪਰਿਵਾਰ, ਅਮੀਰ ਦਿਲ ਪਰਿਵਾਰ, ਲੋਕਾਂ ਦੇ ਕੰਮ ਵਾਲਾ ਪਰਿਵਾਰ ਸੀਗਾ। ਲੇਕਿਨ ਸਾਰਿਆਂ ਨੂੰ ਬਹੁਤ ਉਮੀਦਾਂ ਸੀ ਉਸ ਬੱਚੇ ਉੱਤੇ, ਘਰਦਿਆਂ ਨੂੰ ਤਾਂ ਹੁੰਦੀਆਂ ਹੁੰਦੀਆਂ, ਲੇਕਿਨ ਸਾਰਿਆਂ ਨੂੰ, ਮੈਂ ਇੱਕ ਦੀ ਗੱਲ ਨਹੀਂ ਕਰਦਾ ਜਿੰਨੇ ਇੱਥੇ ਖੜੇ ਨੇ, ਇਹਦੇ ਇਲਾਵਾ ਹੋਰ ਵੀ ਕਿਸੇ ਨੂੰ ਪੁੱਛ ਕੇ ਵੇਖ, ਇੰਨੀਆਂ ਉਮੀਦਾਂ ਸੀ ਬੱਚੇ 'ਤੇ, ਹਰ ਇੱਕ ਦੇ ਕੰਮ ਆਉਣ ਵਾਲਾ ਸੀਗਾ, ਪਰ ਜੋ ਗੁਰੂ ਨੂੰ ਭਾਵੇ। ਫਿਰ ਵੀ ਅਸੀਂ ਇਹ ਪਰਮਾਤਮਾ ਚਰਨਾਂ ਨਾਲੇ ਅਰਦਾਸ ਕਰਦੇ ਹਾਂ, ਨਾਲੇ ਇਹ ਬੇਨਤੀ ਕਰਦੇ ਹਾਂ, ਮਾਰੂ ਚਰਨਾਂ ਨਾਲ ਬਖਸ਼ਿਸ਼ ਕਰੀ, ਦੇਸ਼ ਦੀ ਰਾਖੀ ਕਰਦਾ ਹੋਇਆ ਦੇਸ਼ ਦੇ ਲਿਖੇ ਆਪਣੇ ਆਖਰੀ ਪੁਰਾਣੇ ਹੱਥੀ ਜਿਹੜੀ ਕੁਰਬਾਨ ਕਰ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਕੁਮਾਰ ਰਵਿੰਦਰ ਵਿੱਕੀ, ਮੈਂ ਸਾਡੀ ਇੱਕ ਨੋਨ ਪੋਲੀਟੀਕਲ ਐਨ ਜੀ ਓ ਹੈ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ।
ਜਿਹੜੇ ਪਿਛਲੇ 23 ਸਾਲਾਂ ਤੋਂ ਇਹਨਾਂ ਸ਼ਹੀਦ ਪਰਿਵਾਰਾਂ ਦੇ ਅਧਿਕਾਰਾਂ ਦੀ ਲੜਾਈ ਲੜ ਰਹੀ ਹੈ। ਸ਼ਹੀਦਾਂ ਦੀ ਭੂਮੀ ਜ਼ਿਲ੍ਹਾ ਗੁਰਦਾਸਪੁਰ ਨੇ ਆਪਣੀ ਸ਼ਹਾਦਤਾਂ ਦੀ ਗੌਰਵਮਈ ਪਰੰਪਰਾ ਨੂੰ ਕਾਇਮ ਰੱਖਦਿਆਂ ਹੋਇਆਂ ਅੱਜ ਆਪਣਾ ਇੱਕ ਹੋਰ ਲਾਲ ਦੇਸ਼ ਦੀ ਬਲੀ ਦੇਵੀ ਤੋਂ ਕੁਰਬਾਨ ਕਰ ਦਿੱਤਾ। ਪਿੰਡ ਆਲੋਵਾਲ ਦੇ ਨਿਵਾਸੀ ਜੰਪਲ ਵਿੰਗ ਕਮਾਂਡਰ ਜਿਹੜੇ NCC ਨੂੰ ਜਿਹੜੇ ਕੈਡਟਸ ਨੂੰ ਟ੍ਰੇਨਿੰਗ ਦੇ ਰਹੇ ਸੀ, ਫਲਾਇੰਗ ਟ੍ਰੇਨਿੰਗ ਦੇ ਰਹੇ ਸੀ ਪਟਿਆਲਾ 'ਚ, ਕੱਲ੍ਹ ਇੱਕ ਮੰਦਭਾਗੀ ਘਟਨਾ ਹੋਈ। ਉਹਨਾਂ ਦਾ ਜਿਹੜਾ ਏਅਰਕ੍ਰਾਫਟ ਉਹ ਕ੍ਰੈਸ਼ ਹੋ ਗਿਆ, ਜਿਹਦੇ ਖੁਦ ਉਹ ਸ਼ਹਾਦਤ ਦਾ ਜਾਮ ਪੀ ਗਏ ਅਤੇ ਦੋ ਕੈਡਟਸ ਜਿਹੜੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇੱਕ ਬਹੁਤ ਹੀ ਦੁਖਦਾਈ ਖਬਰ ਹੈ ਪਰਿਵਾਰ ਦੇ ਲਈ, ਜਿਹੜਾ ਪਰਿਵਾਰ ਇੱਕ ਸੁਪਨਾ ਦੇਖ ਰਿਹਾ ਸੀ ਕਿ 2 ਸਾਲ ਦੇ ਬਾਅਦ ਉਹ ਰਿਟਾਇਰ ਹੋਣਗੇ, ਪਰਿਵਾਰ ਦੇ ਨਾਲ ਬੈਠਣਗੇ, ਕਿਸ ਤਰ੍ਹਾਂ ਅੱਗੇ ਜ਼ਿੰਦਗੀ ਨੂੰ ਜੀਣਾ ਹੈ। ਲੇਕਿਨ ਆਪਣੀ ਵਰਦੀ ਦਾ ਰਿਣ ਉਤਾਰਦਿਆਂ ਹੋਇਆਂ, ਆਪਣੀ ਡਿਊਟੀ ਨੂੰ ਪਹਿਲ ਦਿੰਦਿਆਂ ਹੋਇਆਂ ਗਰੁੱਪ ਕੈਪਟਨ ਵਿੰਗ ਕਮਾਂਡਰ GS ਚੀਮਾ ਜਿਹੜਾ ਰਾਸ਼ਟਰ ਦੀ ਬਲੀ ਬੇਦੀ ਤੋਂ ਕੁਰਬਾਨ ਹੋ ਗਏ। ਬੜਾ ਦੁਖਦਾਈ ਹੈ ਪਰਿਵਾਰ ਦੇ ਲਈ, ਉਸ ਮਾਂ ਲਈ ਜਿਸ ਮਾਂ ਨੂੰ ਅਜੇ ਸਵੇਰੇ ਦੱਸਿਆ ਗਿਆ ਕਿ ਉਹਨਾਂ ਦਾ ਬੇਟਾ ਜਿਹੜਾ ਹੈ ਦੇਸ਼ ਤੋਂ ਕੁਰਬਾਨ ਹੋ ਗਿਆ। ਅਸੀਂ ਇਸ ਪਰਿਵਾਰ ਕੁਛ ਦੇ ਨਹੀਂ ਸਕਦੇ, ਲੇਕਿਨ ਆਪਣੀ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਵੱਲੋਂ ਇਸ ਪਰਿਵਾਰ ਦੇ ਨਾਲ ਚਟਾਨ ਦੀ ਤਰ੍ਹਾਂ ਖੜ੍ਹੇ ਹਾਂ। ਕੋਸ਼ਿਸ਼ ਕਰਾਂਗੇ ਕਿ ਇਸ ਪਰਿਵਾਰ ਦੇ ਨਾਲ ਦੁੱਖ ਵੰਡਿਆ ਜਾਏ, ਉਸ ਮਾਂ ਦਾ ਦੁੱਖ ਵੰਡਿਆ ਜਾਏ, ਉਹਨਾਂ ਭਰਾਵਾਂ ਦਾ ਦੁੱਖ ਵੰਡਿਆ ਜਾਏ ਜਿਹਨਾਂ ਭਰਾਵਾਂ ਦੀ ਅੱਜ ਇੱਕ ਭੁਜਾ ਇੱਕ ਬਾਂਹ ਜਿਹੜੀ ਹੈ ਜੋ ਦੇਸ਼ ਦੀ ਬਲੀ ਬੇਦੀ ਤੋਂ ਕੁਰਬਾਨ ਹੋ ਗਈ ਹੈ, ਉਹਨਾਂ ਮਾਸੂਮ ਬੱਚਿਆਂ ਤੋਂ, ਇੱਕ ਬੇਟੀ ਤੋਂ, ਬੱਚਾ ਜਿਹੜੇ ਅੱਜ ਆਪਣੇ ਆਪ ਨੂੰ ਅਨਾਥ ਮਹਿਸੂਸ ਕਰ ਰਹੇ ਹਨ, ਉਸ ਮੇਰੀ ਭੈਣ ਜਿਸ ਭੈਣ ਦੇ ਸਿਰ ਦਾ ਸੁਹਾਗ ਦੇਸ਼ ਦੀ ਬਲੀ ਬੇਦੀ ਤੋਂ ਕੁਰਬਾਨ ਹੋ ਗਿਆ, ਆਪਣੀ ਡਿਊਟੀ ਨੂੰ ਪਹਿਲ ਦਿੰਦੇ ਹੋਇਆਂ ਕੁਰਬਾਨ ਹੋ ਗਿਆ, ਉਸ ਭੈਣ ਨੂੰ ਦਿਲਾਸਾ ਦੇਵਾਂਗੇ ਔਰ ਕੋਸ਼ਿਸ਼ ਕਰਾਂਗੇ ਇਸ ਪਰਿਵਾਰ ਨੂੰ ਫਿਰ ਤੋਂ ਪੈਰਾਂ 'ਤੇ ਖੜ੍ਹਾ ਕੀਤਾ ਜਾਵੇ। ਅਤੇ ਕੁਛ ਹੀ ਦੇਰ ਬਾਅਦ ਤਿਰੰਗੇ ਵਿੱਚ ਲਿਪਟੀ ਹੋਈ ਉਹਨਾਂ ਦੀ ਪਾਰਥਿਵ ਦੇਹ ਪਿੰਡ ਪਹੁੰਚ ਰਹੀ ਹੈ ਅਤੇ ਕੱਲ੍ਹ ਸਵੇਰੇ 11 ਵਜੇ ਜਿਹੜਾ ਹੈ ਪੂਰੇ ਸੈਨਿਕ ਸਨਮਾਨਾਂ ਦੇ ਨਾਲ ਉਸ ਮਹਾਨ ਯੋਧਾ ਨੂੰ, ਉਸ ਵੀਰ ਯੋਧਾ ਨੂੰ ਜਿਹੜੀ ਅੰਤਿਮ ਵਿਦਾਈ ਦਿੱਤੀ ਜਾਏਗੀ। ਸਰ ਅੱਜ ਗੁਰੂ ਸਿੰਘ ਚੀਮਾ ਜੀ ਦੀ ਕੱਲ੍ਹ 11 ਵਜੇ ਇਹਨਾਂ ਨੇ ਪਰੇਡ ਕੀਤੀ ਹੈ, ਨਾਲ ਇੱਕ ਹੋਰ ਸੀਗਾ ਟ੍ਰੇਨਰ ਟ੍ਰੇਨੀ ਸੀਗਾ, ਅਤੇ ਜਦੋਂ ਫਲਾਈਟ ਭਰੀ ਆ ਉੱਥੇ ਜਾ ਕੇ ਜਹਾਜ਼ ਕ੍ਰੈਸ਼ ਹੋ ਗਿਆ ਅਤੇ ਸ਼ਹੀਦ ਹੋ ਗਏ। ਗੁਰਪ੍ਰੀਤ ਸਿੰਘ ਚੀਮਾ ਜੀ ਪਰਿਵਾਰ ਦੇ ਵਿੱਚੋਂ ਸਭ ਤੋਂ ਵੱਡੇ ਸੀਗੇ? ਸਭ ਤੋਂ ਵੱਡੇ ਸਨ। ਕਿੰਨੇ ਭੈਣ ਭਰਾ ਨੇ ਜੀ? ਟੋਟਲ 4 ਨੇ, 3 ਭਰਾ ਨੇ, 1 ਭੈਣ ਛੋਟੀ ਸਿਸਟਰ ਨੇ, ਦੋਨੋਂ ਬਾਬਾ ਹਾਂਜੀ ਜੀ ਜੀ ਹਾਂਜੀ ਓਕੇ। ਅਤੇ ਇਸ ਟਾਈਮ ਬਤੌਰ ਕੀ ਸਨ ਉੱਥੇ ਆਪਣੇ NCC ਦੇ ਵਿੱਚ? ਗਰੁੱਪ ਲੀਡ ਗਰੁੱਪ ਕਮਾਂਡਰ ਸੀਗੇ, ਗਰੁੱਪ ਕਮਾਂਡਰ ਸਨ ਹਾਂਜੀ, ਏਅਰਫੋਰਸ ਦੇ ਵਿੱਚ ਵਿੰਗ ਦੇ ਕਮਾਂਡਰ ਸਨ ਹਾਂਜੀ ਹਾਂਜੀ ਠੀਕ ਹੈ ਸਰ। ਅਤੇ ਸਰ ਚੀਮਾ ਸਾਹਿਬ ਦੀ ਡੈਡ ਬੋਡੀ ਨੂੰ ਸਪੁਰਦ ਦੇ ਅਗਨ ਭੇਟ ਅੱਜ ਕੀਤਾ ਜਾਏਗਾ ਕਿ ਚਾਹੇ ਕੱਲ੍ਹ? ਇਹਨੇ ਕੱਲ੍ਹ ਕਰਾਂਗੇ 11 ਵਜੇ। ਠੀਕ ਹੈ ਠੀਕ ਹੈ ਸਰ ਹਾਂਜੀ। ਗੁਰਜੀਤ ਸਿੰਘ ਚੀਮਾ ਜੀ ਆਪਣੇ ਗੁਰਪ੍ਰੀਤ ਸਿੰਘ ਚੀਮਾ ਜੋ ਤੁਹਾਡੇ ਵਿੱਚ ਕਿੰਨੇ ਮੈਂਬਰ? ਬੱਚੇ ਸੀ ਸਾਡੇ ਫਾਦਰ ਸਾਹਿਬ ਪਹਿਲਾਂ 2002 ਵਿੱਚ ਰਿਟਾਇਰ ਹੋ ਗਏ। ਇਹਨਾਂ ਨੇ ਜਿਹੜੀ ਪੜ੍ਹਾਈ ਪਹਿਲਾਂ ਕੀਤੀ ਆ ਪ੍ਰਾਇਮਰੀ ਸਕੂਲ ਆਲੋਵਾਲ ਤੋਂ, ਬਚ ਲੱਗੇ ਸੈਨਿਕ ਸਕੂਲ ਕਪੂਰਥਲੇ। ਉਦੋਂ ਬਾਅਦ ਫਿਰ ਇਹ ਹੋਏ ਏਅਰਮੈਨ ਭਰਤੀ ਹੋਏ ਸੀ, ਵਿੱਚੋਂ ਲੈ ਕੇ ਪ੍ਰਮੋਸ਼ਨ ਲੈ ਕੇ ਹੁਣ ਕਮਾਂਡਰ ਅਫਸਰ ਬਣੇ ਏਅਰਫੋਰਸ ਪਟਿਆਲੇ। ਅਸੀਂ 3 ਭਰਾ ਅਤੇ 1 ਭੈਣ ਹੈ ਅਤੇ ਸਾਡੇ ਮਦਰ ਸਾਹਿਬ ਹੁਣ ਢਾਈ ਸਾਲ ਹੋ ਗਏ, 2.5-3 ਸਾਲ ਹੋ ਗਏ ਫਿਰ ਦੁਬਾਰਾ। ਹਾਂਜੀ ਬੱਚਾ ਕਿੰਨੇ ਕਿੰਨੇ ਉਮਰ ਦੇ ਨੇ ਜੀ ਇਹਨਾਂ ਦੇ? ਬੱਚੇ ਕੁੜੀ ਆ ਜਿਹੜੀ 19 ਸਾਲ ਦੀ ਜੀ, ਬੇਟਾ ਹੈਗਾ 13 ਸਾਲ ਦਾ। ਠੀਕ ਹੈ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ